ਸਾਸਤਰੀਕਾਲ ਦੋਸਤੋ ਤੁਹਾਡੇ ਸਾਹਮਣੇ ਅੱਜ ਇੱਕ ਨਵੀਂ ਵੀਡੀਓ ਲੈ ਕੇ ਫਿਰ ਹਾਜ਼ਰ ਹੋਇਆ ਵਾ ਮੇਰਾ ਨਾਮ ਹੈ ਪ੍ਰਿੰਸ ਤਰਨਤਾਰਨ ਜ਼ਿਲ੍ਹਾ ਪੱਟੀ ਸ਼ਹਿਰ ਦੇ ਲਾਗੇ ਪਿੰਡ ਬੋਪਾ ਰੇ ਅੱਡੇ ਉੱਤੇ ਆਪਣੀ ਸ਼ਾਪ ਹੈ 10 ਔਰਤਾਂ ਨੂੰ ਖੁਸ਼ ਕਰ ਦੇਣ ਵਾਲਾ ਤੂਫਾਨੀ ਨੁਸਖਾ ਨੰਬਰ 3 ਹਾਏ ਹਾਏ ਤੌਬਾ ਤੌਬਾ ਕਰਵਾ ਦੇਣ ਵਾਲਾ ਤੂਫਾਨੀ ਨੁਸਖਾ ਨੰਬਰ 3 ਅਗਰ ਕਿਸੇ ਨੂੰ ਢਿੱਲਾ ਪਨ ਰਹਿੰਦਾ ਵਾ ਟਾਈਮਿੰਗ ਦੀ ਕਮੀ ਰਹਿੰਦੀ ਹੈ ਤੜ ਦੀ ਕਮੀ ਰਹਿੰਦੀ ਹੈ ਸੰਭੋਗ ਕਰਦਿਆਂ ਕਰਦਿਆਂ ਢਿੱਲਾ ਹੋ ਜਾਂਦਾ ਏ ਉਹਦੇ ਵਾਸਤੇ ਇਹ ਨੁਸਖਾ ਵਰਦਾਨ ਏ ਇਹ ਨੁਸਖਾ ਬਣਾਉਣਾ ਕਿਵੇਂ ਆ ਇਹਨੂੰ ਇਸਤੇਮਾਲ ਕਿਵੇਂ ਕਰਨਾ ਵਾ ਇਹਨੂੰ ਵਰਤਨਾ ਕਿਵੇਂ ਆ ਇਸ ਇਹ ਵੇਖਣ ਵਾਸਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਓ ਤੁਹਾਨੂੰ ਮੈਂ ਪੂਰਾ ਚੰਗੀ ਤਰ੍ਹਾਂ ਸਮਝਾਉਂਗਾ ਇਹ ਨੁਸਖੇ ਵਾਸਤੇ ਜੋ ਸਭ ਤੋਂ ਪਹਿਲਾਂ ਚੀਜ਼ ਦੀ ਜ਼ਰੂਰਤ ਹੈ ਉਹ ਹੈ ਸਾਲਮ ਮਿਸ਼ਰੀ 30 ਗ੍ਰਾਮ ਲੈ ਲਓ ਸਾਲਮ ਮਿਸ਼ਰੀ 50 ਗ੍ਰਾਮ ਪਖੜਾ 50 ਗ੍ਰਾਮ ਪਿਸਤੇ ਦੀ ਗਰੀ 50 ਗ੍ਰਾਮ ਤਾਲ ਮਖਾਣਾ 50 ਗ੍ਰਾਮ ਮੋਚਰਸ 50 ਗ੍ਰਾਮ ਸਫੇਦ ਮੁਸਲੀ ਤੇ 200 ਗ੍ਰਾਮ ਖੰਡ ਇਹਨਾਂ ਸਭ ਚੀਜ਼ਾਂ ਨੂੰ ਚੰਗੀ ਤਰ੍ਹਾਂ ਪੀਸ ਕੇ ਇਹਦਾ ਪਾਊਡਰ ਤਿਆਰ ਕਰਕੇ ਕੱਪੜਾ ਛਾਣ ਕਰਕੇ ਇਹਦਾ ਇੱਕ ਚਮਚਾ ਸਵੇਰੇ ਖਾਣਾ ਵਾ ਇੱਕ ਚਮਚਾ ਸ਼ਾਮ ਨੂੰ ਖਾਣਾ ਵਾ ਦੁੱਧ ਨਾਲ ਜੇ ਗਾਂ ਦੇ ਦੁੱਧ ਨਾਲ ਖਾਓਗੇ ਤਾਂ ਸਭ ਤੋਂ ਬੈਸਟ ਹੈ ਸਭ ਤੋਂ ਵਧੀਆ ਵਾ ਇਹ ਨੁਸਖਾ ਇਸਤੇਮਾਲ ਕਰਕੇ ਵੇਖੋ ਇਹਨੂੰ ਵਰਤ ਕੇ ਵੇਖੋ ਕੋਜੀ ਦਿਨਾਂ ਵਿੱਚ ਕੋਜੀ ਦਿਨਾਂ ਵਿੱਚ ਤੁਹਾਡੇ ਜੋ ਅੰਦਰ ਕਮਜ਼ੋਰੀ ਏ ਜੋ ਵੀਕਨੈਸ ਏ ਜੋ ਥਕਾਵਟ ਏ ਉਹ ਸਭ ਦੂਰ ਹੋ ਜੂਗੀ ਬਹੁਤ ਜਲਦੀ ਵਰਕ ਕਰਦਾ ਵਾ ਬਹੁਤ ਜਲਦੀ ਅਸਰ ਦਿੰਦਾ ਵਾ ਇਹ ਨੁਸਖਾ ਵਰਤ ਕੇ ਵੇਖੋ ਇਹਨੂੰ ਬਣਾ ਕੇ ਵੇਖੋ ਤੌਬਾ ਤੌਬਾ ਕਰਵਾ ਦੂਗਾ ਖਾਏ ਖਾਏ ਕਰਵਾ ਦੂਗਾ ਇਹ ਮੇਰੀ ਗਾਰੰਟੀ ਏ ਨੁਸਖਾ ਬਣਾ ਕੇ ਇਹਨੂੰ ਵਰਤ ਕੇ ਇਹਨੂੰ ਇਸਤੇਮਾਲ ਕਰੋ ਅਗਰ ਕਿਸੇ ਤੋਂ ਇਹ ਨੁਸਖਾ ਬਣਿਆ ਹੋਇਆ ਜਾ ਬੰਦਾ ਨਹੀਂ ਹੈ ਜਾਂ ਉਹ ਬਣਾ ਨਹੀਂ ਸਕਦਾ ਉਹ ਮੈਨੂੰ ਸੰਪਰਕ ਕਰ ਸਕਦਾ ਹੈ ਮੇਰੇ ਕੋ ਇਹ ਮੈਡੀਸਨ ਮਿਲ ਜੇਗੀ ਬਣੀ ਹੋਈ ਮਿਲ ਜੇਗੀ ਇੰਨਾ ਵਧੀਆ ਇੰਨੀ ਕੁਆਲਟੀ ਵਾਲੀ ਮੈਡੀਸਨ ਹੈ ਕਿ ਜਿਹੜਾ ਇਹਨੂੰ ਵਰਤ ਲੇਗਾ ਕੋਝੀ ਦਿਨਾਂ ਵਿੱਚ ਠੀਕ ਹੋ ਜਾਊਗਾ ਲਗਾਤਾਰ ਇਸਤੇਮਾਲ ਕਰਿਓ ਇਹਨੂੰ ਵਰਤ ਕੇ ਵੇਖਿਓ ਇਹਨੂੰ ਬਣਾ ਕੇ ਵੇਖਿਓ ਇਹਨੂੰ ਖਾ ਕੇ ਵੇਖਿਓ ਬੱਲੇ ਬੱਲੇ ਕਰਾ ਦੂਗਾ 10 ਔਰਤਾਂ ਨੂੰ ਖੁਸ਼ ਕਰ ਦੇਣ ਵਾਲਾ ਤੂਫਾਨੀ ਨੁਸਖਾ ਨੰਬਰ 3 ਅਗਰ ਤਾਂ ਮੇਰੀ ਵੀਡੀਓ ਵਧੀਆ ਲੱਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦਾ ਬਟਨ ਦਬਾ ਦਿਓ ਮੇਨੀਆਂ ਹੋਰ ਨਵੀਆਂ ਵੀਡੀਓ ਆਖ ਵੇਖਣ ਵਾਸਤੇ ਧੰਨਵਾਦ ਦੋਸਤੋ